ਸ਼ਾਮਾ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ, ਨਵੀਂ ਵੀਡੀਓ ਦੇ ਵਿੱਚ ਕਰਦੇ ਹਾਂ ਸਵਾਗਤ ਤੁਹਾਡਾ। ਅਸੀਂ ਅੱਜ ਬਣਾਉਣ ਜਾ ਰਹੇ ਹਾਂ ਮਦਰ ਡੇ ਦੀ ਪੇਂਟਿੰਗ। ਦੇਖਿਓ ਡਰੋਅ ਅਸੀਂ ਕਰ ਲਿਆ ਆ। ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਵਾਈਟ ਕਲਰ ਫਿੱਲ ਕੀਤਾ ਹੈ, ਫਿਰ ਇਸ ਤੋਂ ਬਾਅਦ ਇਹਨੂੰ ਬਲੈਕ ਕਲਰ ਦੀ ਸ਼ੇਡ ਦੇਵਾਂਗੇ। ਬਣੇ ਰਹੋ ਵੀਡੀਓ ਦੇ ਨਾਲ, ਸਾਰੀ ਵੀਡੀਓ ਨੂੰ ਦੇਖਿਓ, ਇਹ ਤਾਂ ਹੀ ਤੁਹਾਨੂੰ ਕੁਝ ਸਿੱਖਣ ਨੂੰ ਮਿਲੇਗਾ ਇਹਦੇ ਨਾਲ। ਤੁਸੀਂ ਵੀਡੀਓ ਨੂੰ ਸਾਰਾ ਦੇਖੋਗੇ ਅਤੇ ਇਸ ਪੇਂਟਿੰਗ ਨੂੰ ਫਿਰ ਹੀ ਸਿੱਖ ਪਾਓਗੇ, ਨਹੀਂ ਤਾਂ ਤੁਸੀਂ ਸਕਿੱਪ ਕਰਕੇ ਦੇਖੋਗੇ, ਕੋਈ ਨਾ ਕੋਈ ਚੀਜ਼ ਵਿੱਚੋਂ ਛੁੱਟ ਜੂਗੀ ਅਤੇ ਉਹ ਵੀਡੀਓ ਤੁਸੀਂ ਪੂਰੀ ਨਹੀਂ ਦੇਖ ਪਾਓਗੇ ਅਤੇ ਕੁਛ ਨਾ ਕੋਈ ਚੀਜ਼ ਸਿੱਖਣ ਨੂੰ ਰਹਿ ਜਾਊਗੀ। ਦੇਖਿਓ ਕਿ ਆਪਾਂ ਮਦਰਸ ਡੇ ਦੀ ਪੇਂਟਿੰਗ ਕਿਹੋ ਜਿਹੀ ਤਿਆਰ ਕਰਦੇ ਹਾਂ, ਅਤੇ ਨਾਲੇ ਸਾਨੂੰ ਵੀਡੀਓ ਦੇ ਵਿੱਚ ਦੱਸਿਓ ਕਿ ਤੁਹਾਨੂੰ ਕਿਹੋ ਜਿਹੀ ਇਹ ਵੀਡੀਓ ਲੱਗੀ ਹੈ, ਪੇਂਟਿੰਗ ਕਿਹੋ ਜਿਹੀ ਲੱਗੀ ਹੈ। ਅਤੇ ਬਣੇ ਰਹੋ ਸਾਡੇ ਚੈਨਲ ਦੇ ਉੱਪਰ, ਆਪਾਂ ਤਿਆਰ ਕਰਦੇ ਪਏ ਹਾਂ ਅਤੇ ਦੇਖਦੇ ਰਹੋ ਨਾਲ ਨਾਲ ਵੀਡੀਓ ਨੂੰ, ਅਤੇ ਦੇਖਿਓ ਕਿ ਕਿੰਨੀ ਸੋਹਣੀ ਪੇਂਟਿੰਗ ਬਣਦੀ ਹੈ। ਆਹ ਵੀ ਦੇਖੋ ਸਾਡੇ ਵੱਲ ਦੇਖਦਾ ਆ ਕਿ ਮੇਰੀ ਵੀ ਪੇਂਟਿੰਗ ਬਣਾਓ, ਅਤੇ ਪਰ ਅਸੀਂ ਇਸ ਟਾਈਮ ਮਦਰ ਡੇ ਦੀ ਪੇਂਟਿੰਗ ਬਣਾਉਣੇ ਪਏ ਹਾਂ। ਇਹ ਸਾਨੂੰ ਬਹੁਤ ਪੇਂਟਿੰਗ ਬਣਾਉਂਦੇ ਪਿਆ, ਤੰਗ ਕਰਦਾ ਆ ਕਿ ਮੈਨੂੰ ਖਾਣ ਨੂੰ ਅੰਬ ਦਿਓ, ਕਦੀ ਕੁਛ ਦਿਓ, ਰੋਟੀ ਹੈ ਆਪਦੀ ਪ੍ਰੋਪਰ ਖਾ ਚੁੱਕਾ ਆ। ਆਹ ਦੇਖਿਓ ਸਾਨੂੰ ਆਵਾਜ਼ਾਂ ਮਾਰੂਗਾ ਕਿ ਮੇਰੇ ਨਾਲ ਖੇਡੋ ਆਣ ਕੇ। ਦੇਖੋ ਆਪਾਂ ਵਾਈਟ ਕਲਰ ਫਿੱਲ ਕਰਦੇ ਹਾਂ, ਅਤੇ ਇਸ ਤੋਂ ਬਾਅਦ ਆਪਾਂ ਇਹਨੂੰ ਬਲੈਕ ਕਲਰ ਦੇ ਵਿੱਚ ਫਿੱਲ ਕਰਨਾ ਹੈ। ਦੇਖਿਓ ਕਿ ਪੇਂਟਿੰਗ ਕਿੰਨੀ ਸੋਹਣੀ ਬਣਦੀ ਆ, ਅਤੇ ਪੇਂਟਿੰਗ ਵੇਖ ਕੇ ਤੁਹਾਨੂੰ ਦੱਸਿਓ ਕਿ ਤੁਹਾਨੂੰ ਕਿਹੋ ਜਿਹੀ ਇਹ ਪੇਂਟਿੰਗ ਲੱਗੀ ਆ। ਇਹ ਆਪਾਂ ਅੱਜ ਮਦਰ ਡੇ ਦੇ, ਆਪਾਂ ਅੱਜ ਸਪੈਸ਼ਲ ਪੇਂਟਿੰਗ ਬਣਾ ਰਹੇ ਹਾਂ। ਬਾਕੀ ਤੁਸੀਂ ਵੀ ਇਸ ਚੀਜ਼ ਨੂੰ ਡਰੋਅ ਜ਼ਰੂਰ ਕਰਿਓ, ਰਫ ਕਾਪੀ ਦੇ, ਰਫ ਪੇਪਰ 'ਤੇ, ਜਾਂ ਕੋਈ ਤੁਹਾਡੇ ਘਰ ਦੇ ਵਿੱਚ ਰਫ ਕੱਪੜਾ ਹੈ ਉਹਨੂੰ ਲੈ ਕੇ ਉਹਦੇ 'ਤੇ ਪੇਂਟਿੰਗ ਬਣਾ ਕੇ ਦੇਖਿਆ ਕਰੋ ਕਿ ਤੁਸੀਂ ਤਿਆਰ ਕਰ ਪਾਉਂਦੇ ਹੋ ਜਾਂ ਨਹੀਂ ਕਰ ਪਾਉਂਦੇ, ਤਾਂ ਜੋ ਤੁਹਾਨੂੰ ਵੀ ਸਿੱਖਣ ਨੂੰ ਮਿਲ ਸਕੇ ਇਹ ਪੇਂਟਿੰਗ। ਜਾਂ ਦੇਖੋ ਆਪਾਂ ਪੇਂਟ ਕਰਦੇ ਪਏ, ਕਿੰਨੀ ਸੋਹਣੀ ਪੇਂਟ ਹੁੰਦੀ ਪਈ ਆ।
ਨਾਲੇ ਇੱਕ ਹੋਰ ਗੱਲ, ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਥੋੜ੍ਹਾ ਜਿਹਾ ਤੁਸੀਂ ਵੀ ਆਪਣਾ ਬਚਾਅ ਕਰਕੇ ਰੱਖੋ, ਆਪਣੇ ਬੱਚਿਆਂ ਨੂੰ ਵੀ, ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ, ਕਿਉਂਕਿ ਇਹ ਬਹੁਤ ਜ਼ਿਆਦਾ ਓਵਰ ਮੱਚ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਵੱਧ ਤੋਂ ਵੱਧ ਪਾਣੀ ਪੀਓ, ਜਾਂ ਤੁਸੀਂ ਲੈਮਨ ਵਿੱਚ ਪਾ ਕੇ ਪਾਣੀ ਦੇ ਉਹ ਵਾਲਾ ਪਾਣੀ ਪੀਓ, ਨਾਲੇ ਬੱਚਿਆਂ ਨੂੰ ਵੀ ਪਿਲਾਓ, ਤਾਂ ਜੋ ਸਿਹਤ ਦੇ ਵਿੱਚ ਕਿਸੇ ਦੀ ਵੀ ਖਰਾਬੀ ਨਾ ਆ ਸਕੇ। ਅਤੇ ਹਮੇਸ਼ਾ ਆਪਣਾ ਧਿਆਨ ਰੱਖੋ, ਆਪਣੇ ਬੱਚਿਆਂ ਦਾ ਧਿਆਨ ਰੱਖੋ, ਕਿਉਂਕਿ ਅੱਗੇ ਅੱਗੇ ਵੀ ਗਰਮੀ ਬਹੁਤ ਪੈਣੀ ਹੈ। ਅਤੇ ਉਹਦਾ ਫਾਇਦਾ ਤਾਂ ਹੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਗਰਮੀ ਤੋਂ ਬਚਾਈਏ, ਆਪਣੇ ਆਪ ਨੂੰ ਵੀ ਬਚਾਈਏ। ਅਗਰ ਤੁਸੀਂ ਬਾਹਰ ਨਿਕਲਦੇ ਹੋ, ਆਪਣਾ ਫੇਸ ਕਵਰ ਕਰਕੇ ਫਿਰ ਗਰਮੀ 'ਚ ਬਾਹਰ ਨਿਕਲੋ, ਅਦਰਵਾਈਜ਼ ਬਾਹਰ ਨਿਕਲਣ ਦੀ ਲੋੜ ਨਹੀਂ, ਕਿਉਂਕਿ ਇਹ ਬਹੁਤ ਤਪਸ਼ ਵਾਲੀ ਗਰਮੀ ਪੈ ਰਹੀ ਹੈ। ਆਪਣਾ ਬਚਾਅ ਰੱਖੋ ਜੀ, ਬਸ ਇਹਦੇ ਨਾਲ ਦੇਖਦੇ ਰਹੋ ਸਾਰੀ ਵੀਡੀਓ ਨੂੰ, ਸਾਡੀ ਪੇਂਟਿੰਗ ਨੂੰ, ਪੇਂਟਿੰਗ ਵਾਲੀ ਵੀਡੀਓ ਦੇਖੋ ਸਾਰੀ, ਦੱਸੋ ਕਿਹੋ ਜਿਹੀ ਲੱਗਦੀ ਹੈ। ਆਪਾਂ ਸੋਹਣੇ ਸੋਹਣੀਆਂ ਪੇਂਟਿੰਗਾਂ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ, ਹੋਰ ਵੀ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਲੈ ਕੇ ਆਵਾਂਗੇ, ਤਾਂ ਜੋ ਤੁਸੀਂ ਹੋਰ ਵੀ ਉਹਨਾਂ ਚੀਜ਼ਾਂ ਨੂੰ ਪਸੰਦ ਕਰ ਸਕੋ। ਅਤੇ ਬਿਲਕੁਲ ਆਪਾਂ ਹੱਥ ਦੇ ਨਾਲ ਪੇਂਟ ਕਰਦੇ ਪਏ ਹਾਂ, ਆਪਾਂ ਹਰ ਮਤਲਬ ਕਿ 365 ਦਿਨ ਵਾਲਾ ਚੈਲੇਂਜ ਕੀਤਾ ਹੋਇਆ ਹੈ। ਆਪਾਂ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਲੈ ਕੇ ਆਉਂਦੇ ਰਹਾਂਗੇ, ਅਤੇ ਪੇਂਟਿੰਗਾਂ ਲੈ ਬਣਾਵਾਂਗੇ ਵੀ ਸੋਹਣੀਆਂ ਸੋਹਣੀਆਂ। ਦੇਖੋ ਅੱਜ ਵਾਲੀ ਜਿਹੜੀ ਪੇਂਟਿੰਗ ਆ ਉਹ ਮਦਰ ਡੇ ਦੀ ਪੇਂਟਿੰਗ ਆ, ਦੇਖੋ ਕਿੰਨੀ ਸੋਹਣੀ ਬਣਦੀ ਪਈ, ਕਿੰਨੀ ਸੋਹਣੀ ਬਣ ਕੇ ਤਿਆਰ ਹੁੰਦੀ ਪਈ ਆ। ਅਤੇ ਪੇਂਟਿੰਗ ਵੀ ਬਿਲਕੁਲ ਛੋਟੀ ਜਿਹੀ ਪੇਂਟਿੰਗ ਆ, ਪਰ ਇੱਕ ਇਹ ਮਦਰ ਡੇ ਨੂੰ ਦੱਸਦਾ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਬਾਰੇ ਬਿਆਨ ਕਰਦੀ ਆ। ਅਤੇ ਇਹ ਤੁਸੀਂ ਸਾਰੇ ਹੀ ਬਣਾ ਕੇ ਦੇਖੋ, ਚਾਹੇ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਕਹੋ ਕਿ ਆਪਣੀ ਕਾਪੀ 'ਤੇ ਬਣਾ ਕੇ ਦੇਖੋ, ਪਰ ਜਿਹਨੂੰ ਪੇਂਟ ਕਰਨਾ ਆਉਂਦਾ ਹੈ ਉਹ ਕਿਸੇ ਕੱਪੜੇ ਦੇ ਉੱਪਰ ਜਾਂ ਕਿਸੇ ਕਾਪੀ ਦੇ ਉੱਪਰ ਪੇਂਟ ਕਰਕੇ ਦੇਖੇ, ਅਤੇ ਇਸ ਚੀਜ਼ ਨੂੰ ਜ਼ਰੂਰ ਲੋਕਾਂ ਨੂੰ ਦਿਖਾਉਣ, ਭੈਣਾਂ ਨੂੰ ਦਿਖਾਉਣ, ਮਦਰਸ ਡੇ ਬਾਰੇ ਦੱਸਣ। ਆਪਾਂ ਮਾਂ ਅਤੇ ਬੱਚੇ ਦੇ ਨਾਲ ਫਲਾਵਰ ਵੀ ਆਪਾਂ ਬਣਾਏ ਹੋਏ ਆ, ਜੋ ਆਪਾਂ ਪੇਂਟ ਕਰਦੇ ਪਏ ਇਸ ਟਾਈਮ, ਉਹਨਾਂ ਨੂੰ ਆਪਾਂ ਜਾਮਣੀ ਕਲਰ ਦੇ ਵਿੱਚ ਪੇਂਟ ਕੀਤਾ ਹੈ। ਫਲਾਵਰ ਦੇ ਵਿੱਚ ਆਪਾਂ ਜਾਣੀ ਆ ਉਹ ਬਿੰਦੀਆਂ ਨੇ, ਉਹਨਾਂ ਨੂੰ ਯੈਲੋ ਕਲਰ ਦੇ ਨਾਲ ਫਿਲ ਕਰਦੇ ਪਏ ਹਾਂ।
ਪ੍ਰੋਪਰ ਹੁਣ ਇਹਨੂੰ ਦੇਖੋ ਪੱਤੀਆਂ ਨੂੰ ਕਿੰਨੀ ਸੋਹਣੀ ਸ਼ੇਡ ਮਿਲ ਚੁੱਕੀ ਆ, ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਜਾਮਨੀ ਕਲਰ ਦੀਆਂ। ਨੈਕਸਟ ਆਪਾਂ ਪੇਂਟ ਕਰਾਂਗੇ ਹੈਪੀ ਮਦਰ ਡੇ, ਜੋ ਆਪਾਂ ਲਿਖ ਕੇ ਰੱਖਿਆ ਹੋਇਆ ਹੈ ਉਹਨੂੰ ਆਪਾਂ ਪਹਿਲਾਂ ਬਲੈਕ ਪੈਨਸਲ ਦੇ ਨਾਲ ਬਣਾ ਲਿਆ ਸੀਗਾ, ਹੁਣ ਆਪਾਂ ਉਹਨੂੰ ਪੇਂਟ ਕਰਨ ਲੱਗੇ ਹਾਂ। ਦੇਖਿਓ ਕਿ ਪੇਂਟ ਕੀਤਾ ਜਾਵੇ ਕਿੰਨਾ ਸੋਹਣਾ ਲੱਗੂਗਾ। ਇਸ ਤੋਂ ਅੱਗੇ ਵੀ ਆਪਾਂ ਕੋਸ਼ਿਸ਼ ਕਰਾਂਗੇ ਹੋਰ ਸੋਹਣੀਆਂ ਤੋਂ ਸੋਹਣੀਆਂ ਪੇਂਟਿੰਗਾਂ ਲੈ ਕੇ ਆਈਏ ਤੁਹਾਡੇ ਕੋਲ, ਜਿਹੜੀਆਂ ਕਿ ਤੁਹਾਨੂੰ ਬਹੁਤ ਸੋਹਣੀਆਂ ਲੱਗਣ। ਅਤੇ ਇਹ ਵੀ ਬਹੁਤ ਸੋਹਣੀ ਪੇਂਟਿੰਗ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਮਦਰ ਡੇ ਦੇ। ਦੇਖਿਓ ਇਹਨੂੰ ਲਾਈਕ ਜ਼ਰੂਰ ਕਰਿਓ, ਜਿਹੜਾ ਜਿਹੜਾ ਬੱਚਾ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਉਹ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈੱਲ ਆਈਕਨ ਵੀ ਦਬਾ ਦਿਓ, ਤਾਂ ਜੋ ਤੁਹਾਨੂੰ ਨਵੀਆਂ ਤੋਂ ਨਵੀਆਂ ਪੇਂਟਿੰਗਾਂ ਵਾਲੀਆਂ ਵੀਡੀਓ ਦੇ ਲਿੰਕ ਮਿਲਦੇ ਰਹਿਣ, ਅਤੇ ਨਾਲੇ ਆ ਮਦਰਸ ਡੇ ਵਾਲੀ ਵੀਡੀਓ ਦੇਖ ਸਕੋ ਅਤੇ ਉਸ ਤੋਂ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਦੇਖ ਸਕੋ। ਆ ਦੇਖੋ ਵੀਡੀਓ ਵਿੱਚ ਮਦਰਸ ਡੇ ਕਿੰਨਾ ਸੋਹਣਾ ਲਿਖਦੇ ਪਏ ਆਪਾਂ। ਇਸ ਚੀਜ਼ ਨੂੰ ਤੁਸੀਂ ਡਬਲ ਸ਼ੇਡ ਵੀ ਦੇ ਸਕਦੇ ਹੋ, ਆਪਾਂ ਇਹਨੂੰ ਸਿੰਗਲ ਸ਼ੇਡ ਦੇ ਵਿੱਚ ਪੇਂਟਿੰਗ ਕੀਤਾ, ਤੁਸੀਂ ਇਹਨੂੰ ਚਾਹੇ ਡਬਲ ਸ਼ੇਡ ਦੇ ਵਿੱਚ ਪੇਂਟ ਕਰ ਸਕਦੇ ਹੋ। ਆ ਦੇਖੋ ਪਹਿਲਾਂ ਆਪਾਂ ਲਿਖ ਲਿਆ ਹੈਪੀ ਮਦਰਸ ਡੇ, ਉਸ ਤੋਂ ਬਾਅਦ ਆਪਾਂ ਪੇਂਟਿੰਗ ਦੇ ਨੀਚੇ ਲਿਖਤਾ ਆਇਆ ਹੈਪੀ ਮੋਮ ਡੇ। ਦੇਖੋ ਇਹ ਅੱਖਰਾਂ ਦੇ ਵਿੱਚ ਵੀ ਤੁਸੀਂ ਡਿਜ਼ਾਇਨਿੰਗ ਨਾਲ ਬਣਾ ਸਕਦੇ ਹੋ, ਅਤੇ ਆਪਾਂ ਵੀ ਇਹਨੂੰ ਡਿਜ਼ਾਇਨਿੰਗ ਨਾਲ ਬਣਾਇਆ ਹੈਪੀ ਮਦਰਸ ਡੇ ਨੂੰ, ਅਤੇ ਤੁਸੀਂ ਵੀ ਇਸ ਨੂੰ ਡਿਜ਼ਾਇਨਿੰਗ ਨਾਲ ਤਿਆਰ ਕਰ ਸਕਦੇ ਹੋ, ਕਿਉਂਕਿ ਤੁਹਾਡੇ ਬ੍ਰੱਸ਼ ਨੂੰ ਥੋੜ੍ਹਾ ਜਿਹਾ ਜੇ ਆਪਣੇ ਬ੍ਰੱਸ਼ ਦੇ ਵਾਲ ਖਿਲਾਰ ਕੇ ਉਹਦੇ ਅੱਖਰਾਂ ਦੀ ਡਿਜ਼ਾਇਨਿੰਗ ਰੈਡੀ ਕਰ ਸਕਦੇ ਹੋ। ਫਲਾਵਰ ਦੇ ਨਾਲ ਛੋਟੀਆਂ ਛੋਟੀਆਂ ਪੱਤੀਆਂ ਰਹਿੰਦੀਆਂ ਸੀ ਬਣਾਉਣ ਵਾਲੇ, ਜੋ ਆਪਾਂ ਹੁਣ ਕੰਪਲੀਟ ਕਰਦੇ ਪਏ ਹਾਂ। ਦੇਖੋ ਪੇਂਟਿੰਗ ਆਪਣੀ ਕੁਛ ਤਿਆਰ ਹੋ ਚੁੱਕੀ ਆ, ਬਸ ਇਹੀ ਪੱਤੀਆਂ ਰਹਿ ਗਈਆਂ ਸੀਗੀਆਂ ਉਹ ਵੀ ਤਿਆਰ ਹੋ ਚੁੱਕੀਆਂ, ਅਤੇ ਪੇਂਟਿੰਗ ਆਪਣੀ ਬਣ ਕੇ ਰੈਡੀ ਆ। ਦੇਖੋ ਪੇਂਟਿੰਗ ਕਿੰਨੀ ਸੋਹਣੀ ਬਣੀ ਹੈ, ਦੱਸਿਓ ਸਾਨੂੰ ਕਮੈਂਟਾਂ ਦੇ ਵਿੱਚ ਤੁਹਾਨੂੰ ਪੇਂਟਿੰਗ ਕਿਹੋ ਜਿਹੀ ਲੱਗੀ ਆ। ਜਿਹੜਾ ਜਿਹੜਾ ਆਪਦੀ ਮਾਂ ਨੂੰ ਪਿਆਰ ਕਰਦਾ ਹੈ ਉਹ ਸਾਨੂੰ ਕਮੈਂਟਾਂ ਦੇ ਵਿੱਚ ਦੱਸੇ ਕਿ ਉਹਨੂੰ ਪੇਂਟਿੰਗ ਕਿਹੋ ਜਿਹੀ ਲੱਗੀ, ਅਤੇ ਨਾਲੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ, ਕਿਉਂਕਿ ਇਸ ਪੇਂਟਿੰਗ ਨੂੰ ਅਸੀਂ ਬਹੁਤ ਦਿਲ ਤੋਂ ਬਣਾਇਆ, ਅਤੇ ਇਸ ਚੀਜ਼ ਨੂੰ ਬਣਾਉਣ ਲਈ ਮਿਹਨਤ ਵੀ ਬਹੁਤ ਕੀਤੀ ਹੈ। ਅਤੇ ਤੁਸੀਂ ਦੱਸਿਓ ਕਿ ਪੇਂਟਿੰਗ ਕਿਹੋ ਜਿਹੀ ਹੈ, ਬਣੇ ਰਹੋ ਸਾਡੇ ਚੈਨਲ 'ਤੇ, ਵੀਡੀਓ ਨੂੰ ਕਰ ਦਿਓ ਲਾਈਕ, ਬੈਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਬੈਲ ਆਈਕਨ ਦਬਾ ਦਿਓ, ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ, ਅਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਤੁਹਾਨੂੰ ਨਵੀਆਂ ਨਵੀਆਂ ਪੇਂਟਿੰਗਾਂ ਦਾ ਲਿੰਕ ਮਿਲਦੇ ਰਹਿਣ, ਨਵੀਆਂ ਨਵੀਆਂ ਪੇਂਟਿੰਗਾਂ ਸਿੱਖਣ ਨੂੰ ਮਿਲਦੀਆਂ ਰਹਿਣ। ਅਤੇ ਇਸੇ ਦੇ ਨਾਲ ਵੀਡੀਓ ਦੀ ਕਰਦੇ ਹਾਂ ਸਮਾਪਤੀ ਅੱਜ ਦੀ, ਮਿਲਦੇ ਹਾਂ ਨਵੀਂ ਕਿਸੇ ਹੋਰ ਵੀਡੀਓ 'ਤੇ ਨਵੀਂ ਪੇਂਟਿੰਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਨਵੇਂ ਦਿਨ ਦੇ ਨਾਲ, ਨਵੀਂ ਪੇਂਟਿੰਗ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਸਾਰਿਆਂ ਦਾ ਧੰਨਵਾਦ ਸਾਡੀ ਵੀਡੀਓ ਵੇਖਣ ਲਈ। ਇਸੇ ਦੇ ਨਾਲ ਫਿਰ ਦੁਬਾਰਾ ਤੋਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ, ਅਤੇ ਬਲੌਗ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ। ਰੱਬ